सोचे क्या तू चित में क्या तू करे उपाय ताको कहो परवा कहूंगी जय गोपाल सहाय ਕਿਸਮ ਦਾ ਮੇਘ ਵਰਸ ਰਿਹਾ ਇੱਕ ਉਹ ਮੇਘ ਸੀ ਜਦੋਂ ਤੁਸੀਂ ਘਰੋਂ ਤੁਰੇ ਹੋ ਤਾਂ ਤੁਹਾਨੂੰ ਰਾਹ ਵਿੱਚ ਹੀ ਤੁਰਦੇ ਹੀ ਮਿਲ ਪਿਆ ਉਸ ਮੇਘ ਦੀ ਵੀ ਆਪਣੀ ਅਹਿਮੀਅਤ ਹੈ ਉਸਦਾ ਵੀ ਆਪਣਾ ਥਾਂ ਹੈ ਉਸਨੂੰ ਮੇਰੇ ਮਾਲਕ ਨੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਦੇ ਰਾਹੀਂ ਬੜਾ ਉੱਚਾ ਦਰਜਾ ਦਿੱਤਾ ਤੇ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਮੀਂਹ ਪਿਆ ਪਰਮੇਸ਼ਰ ਪਾਇਆ ਤੇ ਉਹਦਾ ਨਤੀਜਾ ਕੀ ਹੋਇਆ ਕਹਿੰਦੇ ਨੇ ਜੀ ਜੰਤ ਸਭ ਸੁਖੀ ਵਸਾਇਆ ਜਿਤਨੇ ਜੀ ਜੰਤ ਨੇ ਇਹ ਸਾਰੇ ਮਨੁੱਖ ਤੋਂ ਲੈ ਕੇ ਕੀੜੇ ਮਕੌੜਿਆਂ ਤੱਕ ਸਾਰੇ ਦੇ ਸਾਰੇ ਇਸ ਦੀ ਕਿਰਪਾ ਸਦਕਾ ਇਹ ਜੋ ਬਾਹਰ ਅੰਮ੍ਰਿਤ ਵਰਸਦੇ ਆ ਨਾ ਬਾਹਰ ਇੱਕ ਬਾਹਰ ਅੰਮ੍ਰਿਤ ਵਰਸਦੇ ਆ ਇੱਕ ਇਸ ਚਾਰ ਦੀਵਾਰੀ ਦੇ ਅੰਦਰ ਜਿੱਥੇ ਤੁਸੀਂ ਬੈਠੇ ਇੱਥੇ ਅੰਮ੍ਰਿਤ ਵਰਸ ਰਹੇ ਆ ਬਾਹਰ ਦੇ ਅੰਮ੍ਰਿਤ ਦੇ ਨਾਲ ਸਭ ਜੀ ਜੰਤ ਸੁਖੀ ਵਸਦੇ ਨੇ ਜਿਹਨੂੰ ਮੇਰੇ ਗੁਰਦੇਵ ਪਿਤਾ ਜੀ ਨੇ ਜਿਸ ਦੀ ਗਵਾਹੀ ਭਰੀ ਹੈ ਪਰ ਜੋ ਅੰਮ੍ਰਿਤ ਇਸ ਚਾਰ ਦੀਵਾਰੀ ਦੇ ਅੰਦਰ ਬੈਠੇ ਹੋਏ ਤੁਸੀਂ ਪ੍ਰਾਪਤ ਕਰ ਰਹੇ ਹੋ ਇਸ ਨੂੰ ਵੀ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਵਰਸ ਹੈ ਕਿਸ ਤਰ੍ਹਾਂ ਦਾ ਵਰਸ ਰਿਹਾ ਹੈ ਕਹਿੰਦੇ ਨੇ ਚਿੰਮ ਚਿੰਮ ਵਰਸ ਹੈ ਅੰਮ੍ਰਿਤ ਧਾਰਾ ਇਸ ਅੰਮ੍ਰਿਤ ਧਾਰਾ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਨੇ ਉਹ ਕਿਤਨੇ ਵੱਡੇ ਭਾਗਾਂ ਵਾਲੇ ਨੇ ਇਸ ਪਵਿੱਤਰ ਸ਼ਬਦ ਦੀ ਤਰਤੀਬ ਵਾਲੇ ਪਾਸੇ ਧਿਆਨ ਦੇਣਾ ਜਰਾ ਕਹਿੰਦੇ ਨੇ ਇਸ ਅੰਮ੍ਰਿਤ ਧਾਰਾ ਨੂੰ ਜਿਸ ਨੂੰ ਮਾਲਕ ਨੇ ਬੜਾ ਵੱਡਾ ਖਜ਼ਾਨਾ ਸਾਡੇ ਹਵਾਲੇ ਕੀਤਾ ਹੈ ਸਤਿਗੁਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੀ ਬਾਣੀ ਰਾਹੀਂ ਇਸ ਨੂੰ ਆਖਿਆ ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰ ਸਾਡੀ ਦੁਬਧਾ ਇਹ ਹੋ ਗਈ ਔਰ ਸਾਡੀ ਮੁਸ਼ਕਲ ਇਹ ਹੋ ਗਈ ਬਾਣੀ ਮੈਂ ਪੜ੍ਹਦਾ ਪਿਆ ਤੇ ਉਪਦੇਸ਼ ਮੈਂ ਤੁਹਾਨੂੰ ਕਰਾਂ ਤੁਸੀਂ ਸੁਣੋ ਮੈਂ ਆਪ ਸੁਣਾ ਜਾਂ ਨਾ ਸੁਣਾ ਪਰ ਤੁਸੀਂ ਸੁਣੋ ਸਤਸੰਗਤ ਇੱਕ ਜ਼ਰੂਰੀ ਬੇਨਤੀ ਹੈ ਇੱਕ ਗੱਡੀ ਹੈ ਵੈਨਜ਼ਾ 893 ਉਸ ਗੱਡੀ ਨੇ ਰਸਤਾ ਰੋਕਿਆ ਹੋਇਆ ਕਿਰਪਾਲਤਾ ਕਰਕੇ ਉਹ ਗੱਡੀ ਹਟਾਉਣ ਦੀ ਕਿਰਪਾਲਤਾ ਕਰੋ ਜੀ ਵੈਨਜ਼ਾ 893 ਜਿੱਥੇ ਗੱਡੀਆਂ ਲਗਾ ਸਕਦੇ ਥੋੜ੍ਹੀ ਅੱਜ ਦਿੱਕਤ ਹੋ ਰਹੀ ਹੈ ਬਾਹਰ ਪਰ ਆਪ ਜੀ ਨੇ ਇਸੇ ਪ੍ਰਕਾਰ ਸਹਿਯੋਗ ਬਖਸ਼ਿਸ਼ ਕਰਨਾ ਠੀਕ ਢੰਗ ਦੇ ਨਾਲ ਜਿਸ ਤਰ੍ਹਾਂ ਵੀ ਆਪ ਗੱਡੀਆਂ ਲਾ ਸਕਦੇ ਹੋ ਲਗਾਉਣ ਦੀ ਕਿਰਪਾ ਕਰੋ ਸੋ ਮੈਂ ਬੇਨਤੀ ਕਰ ਰਿਹਾ ਸਾਂ ਸਾਡੀ ਮੁਸ਼ਕਲ ਆਹ ਬਣ ਗਈ ਵੀ ਮੈਂ ਚਾਹੁੰਦਾ ਤੁਸੀਂ ਤੇ ਬਾਣੀ ਸੁਣੋ
ਪਰ ਮੈਨੂੰ ਸੁਣਨ ਦੀ ਲੋੜ ਨਹੀਂ ਇੱਥੇ ਆ ਕੇ ਗੜਬੜ ਹੋ ਗਈ ਸਾਰੀ ਕਿਉਂਕਿ ਜੋ ਮੈਂ ਸੁਣਾਉਣਾ ਚਾਹੁੰਦਾ ਜੋ ਮੈਂ ਤੁਹਾਡੇ ਕੋਲੋਂ ਆਸ ਰੱਖਦਾ ਉਹ ਆਪ ਕਰਨ ਲਈ ਤਿਆਰ ਨਹੀਂ ਸਤਿਗੁਰ ਗੀਬਲ ਬਾਦ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਜਲਣ ਪੁੱਜੇ ਸ਼ੀਤਲ ਹੋਏ ਮਨੂਆ ਹੁਣ ਇਹ ਚੀਜ਼ ਮੈਨੂੰ ਨਹੀਂ ਚਾਹੀਦੀ ਮੇਰੇ ਲਈ ਵੀ ਜ਼ਰੂਰੀ ਹੈ ਜਿਤਨੀ ਤੁਹਾਡੇ ਲਈ ਜ਼ਰੂਰੀ ਹੈ ਬਾਕੀਆਂ ਲਈ ਜ਼ਰੂਰੀ ਹੈ ਆਹ ਮੇਰੇ ਲਈ ਵੀ ਉਤਨੀ ਜ਼ਰੂਰੀ ਹੈ ਤਾਂ ਕਿ ਮੇਰੀ ਵੀ ਜਲਣ ਪੁੱਜ ਸਕੇ ਮੈਂ ਵੀ ਕਿਸੇ ਈਰਖਾ ਦੀ ਅੱਗ ਤੋਂ ਬਾਹਰ ਨਿਕਲ ਸਕਾਂ ਉਸ ਜਲਣ ਨੂੰ ਬੁਝਾ ਸਕਾਂ ਮੇਰਾ ਮਨ ਵੀ ਸ਼ੀਤਲ ਹੋਵੇ ਤੇ ਮੈਂ ਵੀ ਸ਼ੀਤਲਤਾ ਪ੍ਰਾਪਤ ਕਰਕੇ ਜੀਵਨ ਬਤੀਤ ਕਰ ਸਕਾਂ ਪਰ ਮੁਸ਼ਕਲ ਸਤਿਗੁਰ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਆ ਜੇ ਤੂੰ ਚਾਹੁੰਦਾ ਹੈ ਕਿ ਤੈਨੂੰ ਆ ਸ਼ੀਤਲਤਾ ਪ੍ਰਾਪਤ ਹੋਵੇ ਠੰਡਕ ਮਿਲੇ ਆਨੰਦ ਮਿਲੇ ਖੁਸ਼ੀ ਮਿਲੇ ਪ੍ਰਸੰਨਤਾ ਮਿਲੇ ਤੇਰੇ ਜੀਵਨ ਵਿੱਚ ਖੁਸ਼ੀਆਂ ਤੇ ਖੇੜੇ ਤੇਰੇ ਜੀਵਨ ਦਾ ਹਿੱਸਾ ਬਣ ਸਕਣ ਮੇਰੇ ਜੀਵਨ ਦਾ ਹਿੱਸਾ ਬਣ ਸਕਣ ਤਾਂ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਹਿੰਦੇ ਨੇ ਸਭ ਕੁਝ ਘਰ ਮੈਂ ਬਾਹਰ ਨਹੀਂ ਭਗਤ ਕਬੀਰ ਜੀ ਨੇ ਬੜੇ ਸਖਤ ਲਫਜ਼ਾਂ ਵਿੱਚ ਸਾਨੂੰ ਸਮਝਾਇਆ ਭਗਤ ਕਬੀਰ ਜੀ ਕਹਿੰਦੇ ਨੇ ਇਹ ਬੰਦਿਆ ਤੂੰ ਬਾਹਰ ਢੁੰਡਦਾ ਫਿਰਦਾ ਤੇਰੇ ਘਰ ਵਿੱਚ ਸਭ ਕੁਛ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁੱਲਾ ਬਾਬਾ ਕਬੀਰ ਜੀ ਕਹਿੰਦੇ ਨੇ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ ਅਸੀਂ ਇਸ ਘਰ ਨੂੰ ਛੱਡ ਕੇ ਹੋਰ ਹੋਰ ਪਾਸਿਓਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਗ੍ਰੰਥ ਵੀ ਹੋਰ ਚਾਹੀਦਾ ਸਾਨੂੰ ਪੰਥ ਵੀ ਹੋਰ ਚਾਹੀਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਤੋਂ ਆਪ ਨੂੰ ਵਿਛੋੜ ਕੇ ਹੋਰ ਪੰਥ ਦੀ ਇੱਕ ਆਸ ਰੱਖੀ ਬੈਠੇ ਹਾਂ ਕੋਈ ਹੋਰ ਵੀ ਪੰਥ ਹੋਏਗਾ ਜਿੱਥੇ ਗੁਰੂ ਗ੍ਰੰਥ ਨਹੀਂ ਉੱਥੇ ਪੰਥ ਨਹੀਂ ਹੋ ਸਕਦਾ ਇਸ ਗੱਲ ਦੇ ਉੱਤੇ ਸਾਨੂੰ ਯਕੀਨ ਕਰਨਾ ਪਏਗਾ ਜੇ ਗੁਰੂ ਗ੍ਰੰਥ ਦੀ ਤਾਬਿਆ ਨਹੀਂ ਤੇ ਉਸ ਨੂੰ ਪੰਥ ਵੀ ਕਹਿਣ ਲੱਗਿਆ ਸੋਚਣਾ ਪਵੇਗਾ ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਇਸ ਘਰ ਮੈਂ ਹੈ ਆਹ ਘਰ ਹੈ ਸਾਡਾ ਜਿਸ ਘਰ ਨੂੰ ਕਿਸੇ ਮਨੁੱਖ ਨੇ ਨਹੀਂ ਬਣਾਇਆ ਸਾਡੇ ਬੜੇ ਭੁਲੇਖੇ ਨੇ ਫਲਾਣੇ ਦਾ ਗੁਰਦੁਆਰਾ ਫਲਾਣੇ ਦਾ ਗੁਰਦੁਆਰਾ ਫਲਾਣੇ ਦਾ ਸਥਾਨ ਫਲਾਣੇ ਦਾ ਸਥਾਨ ਇਹ ਭੁਲੇਖੇ ਨੇ ਸਾਡੇ ਪਰ ਇਸ ਘਰ ਨੂੰ ਬਣਾਉਣ ਵਾਲਾ ਕੌਣ ਹੈ ਮੇਰੇ ਗੁਰਦੇਵ ਪਿਤਾ ਧੰਨ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਯਾਦ ਰੱਖਿਓ ਮੈਂ ਬੱਧੀ ਸੱਚ ਧਰਮਸਾਰ ਹੈ ਇਹ ਗੁਰੂ ਦਾ ਬਣਾਇਆ ਹੋਇਆ ਤੇ ਜਿਹੜਾ ਗੁਰੂ ਦਾ ਬਣਾਇਆ ਹੋਇਆ ਘਰ ਸਾਨੂੰ ਪਰਿਵਾਰ ਨਹੀਂ ਅਸੀਂ ਆਪਣੇ ਆਪਣੇ ਤਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤੇ ਇਸ ਅਸਥਾਨ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਗੁਰ ਸਿੱਖਾਂ ਲਹਿੰਦਾ ਬਹਾਲ ਕੇ ਮੈਂ ਉਹਨਾਂ ਗੁਰਸਿੱਖਾਂ ਨੂੰ ਭਾਲ ਭਾਲ ਕੇ ਇਕੱਠਿਆਂ ਕੀਤਾ ਇਸ ਧਰਮਸਾਲ ਨੂੰ ਆਖਿਆ ਸਤਿਗੁਰ ਪਾਤਸ਼ਾਹ ਮੈਂ ਉਹਨਾਂ ਗੁਰਸਿੱਖਾਂ ਨੂੰ ਆਪਣੀ ਧਰਮਸਾਲ ਦਾ ਹਿੱਸਾ ਬਣਾਇਆ ਸੀ ਜੇ ਸਤਿਗੁਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ ਸਭ ਕੁਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਭੁਲਾਈ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਹਾ ਭਰਮ ਦੀ ਦੁਨੀਆਂ ਵਿੱਚ ਰਹਿਣ ਵਾਲੇ ਲੋਕ ਜੀਵਨ ਦੇ ਵਿੱਚ ਕਦੇ ਵੀ ਖੁਸ਼ੀ ਨਹੀਂ ਮਾਣ ਸਕਦੇ ਭਰਮ ਕਦੇ ਮਨੁੱਖ ਨੂੰ ਖੁਸ਼ੀ ਨਹੀਂ ਦੇ ਸਕਦਾ ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਜਿਹੜੀ ਧਰਮਸਾਲ ਵਧੀ ਸੀ ਨਾ ਮਾਲਕ ਨੇ ਉੱਥੇ ਕੀ ਹੁੰਦਾ ਸੀ ਉਸ ਧਰਮਸਾਲ ਵਿੱਚ ਆਇਆ ਕੀ ਅਸਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਜਿਵੇਂ ਬਾਹਰ ਅੰਮ੍ਰਿਤ ਧਾਰਾ ਵਰਸਦੀ ਹੈ ਨਾ ਇਸੇ ਤਰ੍ਹਾਂ ਅੰਦਰ ਵੀ ਅੰਮ੍ਰਿਤ ਧਾਰਾ ਵਰਸ ਰਹੀ ਇਸ ਕਰਕੇ ਇੱਕ ਇਹ ਸਥਾਨ ਸਾਡੇ ਨੇ ਤਾਂ ਕਿ ਸਾਡੇ ਅੰਦਰ ਵੀ ਅੰਮ੍ਰਿਤ ਧਾਰਾ ਵਰਸ ਸਕੇ ਜਿਸ ਨੂੰ ਸਤਿਗੁਰ ਗਰੀਬ ਨਵਾਜ ਤੁਸੀਂ ਜਪਜੀ ਸਾਹਿਬ ਦਾ ਪਾਠ ਸਾਰੇ ਨਿਰਦੇਵ ਕਰਨ ਵਾਲੇ ਬੈਠੇ ਹੋ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ
ਸ਼ੁਰੂਆਤ ਵਿੱਚ ਇਹ ਗੱਲ ਸਮਝਾ ਦਿੱਤੀ ਸਿੱਖਾਂ ਬਾਹਰਲੀਆਂ ਚੀਜ਼ਾਂ ਤੂੰ ਲੱਭਦਾ ਫਿਰਦਾ ਨਾ ਜਿੱਥੇ ਬਾਹਰ ਲੱਭਦਾ ਫਿਰਦਾ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਸਾਰਾ ਕੁਛ ਅੰਦਰ ਬੈਠਾ ਹੈ ਅੰਦਰ ਪਿਆ ਹੋਇਆ ਪਰ ਅਸੀਂ ਬਾਹਰ ਭਾਲਣ ਦੀ ਕੋਸ਼ਿਸ਼ ਕਰਦੇ ਹਾਂ ਇਸ ਕਰਕੇ ਸਤਿਗੁਰ ਜੀ ਆਖਿਆ ਕਹਿਣ ਲੱਗੇ ਬਾਹਰ ਟੋਲਦਾ ਰਵੇਗਾ ਤੇ ਭਰਮ ਵਿੱਚ ਰਵੇਗਾ ਇਸ ਘਰ ਮੈਂ ਹੈ ਸੋ ਤੂੰ ਢੂੰਡਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਛ ਸਾਨੂੰ ਪ੍ਰਾਪਤ ਹੈ ਸਭ ਕੁਛ ਮੌਜੂਦ ਹੈ ਬਸ ਕੀ ਲੋੜ ਕੀ ਹੈ ਗੁਰ ਪ੍ਰਸਾਦੀ ਜਿਨੀ ਅੰਤਰ ਬਾਇਆ ਸੁਵੰਤਰ ਬਾਹਰ ਸੁਹੇਲਾ ਜੀਓ ਸਤਿਗੁਰੂ ਜੀ ਨੇ ਆਖਿਆ ਤੂੰ ਜੇ ਬਾਹਰ ਸੁਹੇਲਾ ਹੋਣਾ ਚਾਹੁੰਦਾ ਹੈ ਤਾਂ ਅੰਦਰ ਨੂੰ ਪਹਿਲਾਂ ਸੁਹੇਲਾ ਕਰਨਾ ਪਵੇਗਾ ਬਾਹਰ ਆਪਣੇ ਆਪ ਆਟੋਮੈਟਿਕਲੀ ਸੁਹੇਲਾ ਹੋ ਜਾਏਗਾ ਅਸੀਂ ਬਾਹਰ ਨੂੰ ਸੁਹੇਲਾ ਕਰਨਾ ਚਾਹੁੰਦੇ ਹਾਂ ਤੇ ਫਿਰ ਕਹਿੰਦੇ ਹਾਂ ਅੰਦਰ ਸੁਹੇਲਾ ਹੋਵੇ ਆ ਅਸੀਂ ਉਲਟੇ ਪਾਸੇ ਤੁਰੇ ਹੋਏ ਹਾਂ ਆਪਣਾ ਅੰਦਰ ਸੁਹੇਲਾ ਕਰ ਤੇ ਬਾਹਰ ਦਾ ਤੇਰਾ ਆਪੇ ਸੁਹੇਲਾ ਹੋ ਜਾਏਗਾ ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਕਹਿਣ ਲੱਗੇ ਅੰਤਰ ਬਾਹਰ ਸੁਹੇਲਾ ਹੋਣਾ ਚਾਹੁੰਦੇ ਕਹਿੰਦੇ ਨੇ ਪਰ ਤੈਨੂੰ ਇਹ ਮੰਨ ਕੇ ਤੁਰਨਾ ਪਵੇਗਾ ਜੋ ਬਾਹਰ ਵਸ ਰਹੇ ਆ ਤੇਰੇ ਅੰਦਰ ਵੀ ਵਸ ਰਹੇ ਆ ਅੰਤਰ ਵਸਿਆ ਬਾਹਰ ਵੀ ਹੋਈ ਤੇਰੇ ਬਾਹਰ ਵਸਣ ਵਾਲਾ ਜੋ ਤੂੰ ਦੇਖ ਰਿਹਾ ਨਾ ਉਧਰ ਵੀ ਵਸ ਰਿਹਾ ਉਹ ਬਾਹਰ ਕਿਸੇ ਹੋਰ ਰੂਪ ਚ ਵਸ ਰਿਹਾ ਅੰਦਰ ਕਿਸੇ ਹੋਰ ਰੂਪ ਚ ਵਸ ਰਿਹਾ ਅੰਦਰ ਬਾਣੀ ਦੇ ਰੂਪ ਚ ਵਸ ਰਿਹਾ ਬਾਹਰ ਬੂੰਦਾਂ ਦੇ ਰੂਪ ਚ ਵਸ ਰਿਹਾ ਪਰ ਇਸੇ ਨੂੰ ਸਤਿਗੁਰੂ ਜੀ ਨੇ ਆਖਿਆ ਕਹਿਣ ਲੱਗੇ ਇਹਦੇ ਨਾਲ ਹੋਵੇਗਾ ਕਿ ਤੂੰ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਇਹ ਜਿਵੇਂ ਬਾਹਰ ਦਾ ਸੁੱਕੇ ਹਰੇ ਕਰਦਾ ਹੈ ਨਾ ਇਹ ਜੋ ਅੰਦਰ ਜਦੋਂ ਵਸਦਾ ਤੇ ਅੰਦਰੋਂ ਮਨੁੱਖ ਦੀ ਸੁੱਕੀ ਹੋਈ ਆਤਮਾ ਨੂੰ ਸੁਰਜੀਤ ਕਰਦਾ ਹੈ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਪਰ ਕਿਵੇਂ ਕਹਿੰਦੇ ਸੁਮਤ ਪਾਏ ਤਾਂ ਹੀ ਹੋਵੇਗਾ ਨਾ ਜੇ ਗੁਰੂ ਦੀ ਮਤ ਲਵੇਗਾ ਜੇ ਗੁਰੂ ਦੀ ਮਤ ਲੈ ਕੇ ਤੁਰੇਗਾ ਤੇ ਤਾਂ ਹੀ ਹੋਵੇਗਾ ਨਾ ਸਤਿਗੁਰ ਨੇ ਸੁੱਕਾ ਹਰਿਆ ਹੋ ਸਕਦਾ ਹੈ ਸੂਕੇ ਕਾਸ਼ਤ ਹਰਿਆ ਕਰਦਾ ਪਰ ਤਾਂ ਕਰਦਾ ਜੇ ਸੁਮਤ ਲੈਣ ਲਈ ਤਿਆਰ ਹੋਵਾਂਗਾ ਕਹਿੰਦੇ ਨੇ ਸੁਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਹੁਣ ਅਗਲੀਆਂ ਪੰਕਤੀਆਂ ਤੁਸੀਂ ਤਿਆਰ ਨਾਲ ਪੜੋਗੇ ਤੇ ਤੁਹਾਨੂੰ ਸਾਰਾ ਨਕਸ਼ਾ ਸਾਹਮਣੇ ਆ ਜਾਏਗਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਜਦੋਂ ਇਹ ਸਾਰੀਆਂ ਇਹ ਦਿਸ਼ਾਵਾਂ ਵਿੱਚ ਮਨੁੱਖ ਸਾਰੀਆਂ ਦਿਸ਼ਾਵਾਂ ਨੂੰ ਛੱਡ ਕੇ ਇਸ ਦਿਸ਼ਾ ਵਿੱਚ ਤੁਰਨਾ ਸ਼ੁਰੂ ਹੋ ਗਿਆ ਅਖੀਰਲੀ ਗੱਲ ਸਤਿਗੁਰ ਪਾਤਸ਼ਾਹ ਨੇ ਕਹੀ ਕਹਿੰਦੇ ਨੇ ਕਿ ਹੁਣ ਮਨੁੱਖ ਦੀ ਅਵਸਥਾ ਕਿੱਥੇ ਪਹੁੰਚ ਗਈ ਮਨੁੱਖ ਦੇ ਜੀਵਨ ਦਾ ਟਿਕਾਣਾ ਕਿੱਥੇ ਪਹੁੰਚ ਗਿਆ ਮਨੁੱਖ ਦਾ ਜੀਵਨ ਕਿਸ ਅਵਸਥਾ ਵਿੱਚ ਆ ਗਿਆ ਕਿਹੜੀ ਥਾਂ ਤੇ ਮਨੁੱਖ ਦਾ ਮਨ ਆ ਕੇ ਪਹੁੰਚ ਗਿਆ ਉਹਨੂੰ ਕਿਹਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਲ ਤਰੰਗ ਜਿਉਂ ਜਲੈ ਸਮਾਇਆ ਇਉਂ ਜੋਤੀ ਸੰਗ ਜੋਤ ਮਿਲਾਇਆ ਕਉ ਨਾਨਕ ਭ੍ਰਮ ਕਟੇ ਕਿਵਾੜਾ ਬੜ ਨਾ ਹੋਈ ਹੈ ਜੋਲਾ ਜੀ ਇੱਕ ਮਿਕ ਹੋ ਜਾਏਗਾ ਮੁੜ ਕੇ ਵਿਛੋੜਾ ਨਹੀਂ ਵਿਛੋੜਾ ਹੁੰਦਾ ਹੀ ਉੱਥੇ ਹੈ ਜਿਸ ਥਾਂ ਦੇ ਉੱਤੇ ਇੱਕ ਮਿਕਦਾ ਨਹੀਂ ਹੋ ਸਕੀ ਇਹ ਥਾਂ ਐਸਾ ਹੈ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਵਸਿਆ ਸਕੀ ਫਿਰ ਜੋੜ ਨਾ ਜਾਈ ਬਾਕੀ ਦੁਨੀਆਂ ਦੀਆਂ ਪ੍ਰੀਤਾਂ ਜਿਹੜੀਆਂ ਨੇ ਨਾ ਦੁਨੀਆਂ ਦੇ ਨਿਉ ਨੇ ਜਿਹੜੇ ਔਰ ਅਧਵਾਟੇ ਕਿਤੇ ਨਾ ਕਿਤੇ ਪਤਾ ਨਹੀਂ ਲੱਗਦਾ ਕਿੱਥੇ ਜਾ ਕੇ ਕਿੱਥੇ ਜਵਾਬ ਦੇ ਦੇਣਾ ਕਿਸੇ ਨੇ ਪਰ ਮੇਰੇ ਗੁਰੂ ਜਿਹੜਾ ਹੈ ਇਹ ਜਿਸ ਨੂੰ ਕਿਸੇ ਦੀ ਬਾਂਹ ਪਕੜ ਲਵੇ ਨਾ ਇਹ ਨਹੀਂ ਛੱਡਦਾ ਪਰ ਸਾਨੂੰ ਲੋੜ ਹੈ ਵੀ ਅਸੀਂ ਆਪਣੀ ਬਾਂਹ ਗੁਰੂ ਕੋਲ ਪਕੜਾਈਏ ਅਸੀਂ ਗੁਰੂ ਦੀ ਉਂਗਲ ਪਕੜ ਲਈਏ ਗੁਰੂ ਕੋਲ ਬਾਂਹ ਪਕੜਾ ਦਈਏ ਸਤਿਗੁਰੂ ਜੀ ਨੇ ਆਖਿਆ ਕਹਿਣ ਲੱਗੇ ਵਸਿਆ ਸਕੀ ਫਿਰ ਛੋੜ ਨਾ ਜਾਈ ਇਹ ਰੀਤ ਬੜੀ ਭਗਵੰਤ ਹੈ ਇਹ ਮੇਰੇ ਮਾਲਕ ਦੀ ਬੜੀ ਭਲੀ ਰੀਤ ਹੈ ਇਸ ਕਰਕੇ ਉਹਦੇ ਲਈ ਇੱਕ ਅੰਮ੍ਰਿਤ ਬਾਹਰ ਵਰਸ ਰਿਹਾ ਜਿਸ ਨੂੰ ਅਸੀਂ ਮੀਂਹ ਆਖਦੇ ਹਾਂ ਸਤਿਗੁਰੂ ਜੀ ਨੇ ਆਖਿਆ ਕਹਿਣ ਲੱਗੇ ਇਹ ਪੇ ਮੀਂਹ ਪਿਆ ਪਰਮੇਸ਼ੁਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇੱਕ ਅੰਮ੍ਰਿਤ ਇੱਥੇ ਅੰਦਰ ਵਰਸ ਰਿਹਾ ਗੁਰੂ ਕਿਰਪਾ ਕਰੇ ਇਹ ਜੋ ਅੰਮ੍ਰਿਤਮਈ ਬਾਣੀ ਅੰਮ੍ਰਿਤ ਵਰਸਾ ਰਹੀ ਹੈ ਇਹ ਸਾਡੇ ਜੀਵਨ ਦਾ ਹਿੱਸਾ ਬਣ ਸਕੇ ਮੈਂ ਸਿੰਘ ਸਾਹਿਬ ਜੀ ਦਾ ਕਿਤਨਾ ਧੰਨਵਾਦ ਕਰਾਂ ਜਿਹਨਾਂ ਦਾ ਪਿਆਰ ਬੜੇ ਲੰਬੇ ਸਮੇਂ ਤੋਂ ਪ੍ਰਾਪਤ ਹੈ ਸਤਿਗੁਰੂ ਜੀ ਕਿਰਪਾਲਤਾ ਕਰਨ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਗਰੀਬ ਨਵਾਜ਼ ਪਾਤਸ਼ਾਹ ਜੀ ਇਹਨਾਂ ਨੂੰ ਇੰਨੀ ਚੰਗੀ ਤਕੜੀ ਸਿਹਤ ਦੇ ਕੇ ਰੱਖੋ ਵੀ ਤਾਂ ਕਿ ਇਹ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਇਸੇ ਤਰ੍ਹਾਂ ਸਿੱਖ ਸੰਗਤਾਂ ਨੂੰ ਗੁਰਬਾਣੀ ਸੰਦੇਸ਼ ਰਾਹੀਂ ਸੁਚੇਤ ਕਰਦੇ ਰਹਿਣ ਅਤੇ ਗੁਰਬਾਣੀ ਨਾਲ ਜੋੜਦੇ ਰਹਿਣ ਆਓ ਸਾਰੇ ਮਿਲ ਕੇ ਇੱਕ ਵਾਰੀ ਸਿਰ ਪੱਤੀਆਂ ਪਾਣੀ ਮੈਂ ਕੀਰਤਨ ਸਮਾਪਤੀ ਕਰਦੇ ਹਾਂ ਗੁਰਬਾਣੀ ਪਹਿਲੀ ਖੇਮਾ ਮਗਰੋਂ ਜਲ ਤਰੰਗ ਜਿਉਂ ਜਲ ਸਮਾ
ਸਿੱਖ ਸਾਹਿਬ ਨੂੰ ਸੁਣ ਲਈ ਆਇਆ ਸਾਂ ਵੀ ਮੈਂ ਬੈਠ ਕੇ ਸੁਣਾਂਗਾ ਮੈਂ ਧੰਨਵਾਦੀ ਹਾਂ ਤੁਹਾਨੂੰ ਸ਼ਬਦ ਦੇ ਦਰਸ਼ਨ ਕਰਨ ਦਾ ਮੈਨੂੰ ਇਹਨਾਂ ਨੇ ਮੌਕਾ ਦਿੱਤਾ ਇਹਨਾਂ ਵੀਰਾਂ ਦਾ ਸਭ ਦਾ ਧੰਨਵਾਦ ਜਿਹੜੇ ਇੰਨੀ ਦੇਰ ਤੋਂ ਬੜੇ ਲੰਬੇ ਸਮੇਂ ਤੋਂ ਪਿਆਰ ਸਤਿਕਾਰ ਬਖਸ਼ਿਸ਼ ਕਰਦੇ ਨੇ ਸਾਰੀ ਸੰਗਤ ਹੱਥ ਜੋੜ ਕੇ ਮੈਂ ਫਤਿਹ ਦੀ ਅਰਜ਼ ਕਰਨ ਲੱਗਾ ਹਾਂ ਆਸ ਕਰਦਾ ਵੀ ਤੁਸੀਂ ਵੱਜ ਵੱਜ ਕੇ ਫਤਿਹ ਬੁਲਾਓਗੇ ਅੱਜ ਤੁਸੀਂ ਪਹਿਲੇ ਪ੍ਰਕਾਸ਼ ਅੱਜ ਇਸ ਸਥਾਨ ਦਾ ਹੋ ਰਹੀ ਹੈ ਅਤੇ ਢਿੱਲੀ ਫਤਿਹ ਮੈਨੂੰ ਨਹੀਂ ਜੀ ਚੰਗੀ ਲੱਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ